ਸਾਰੇ ਭਰਾਵਾਂ ਨੂੰ ਸਾਡੇ ਡੀਜੀ ਵਾਲਿਆਂ ਨੂੰ ਤੇ ਜਿੰਨੇ ਮੈਂਬਰ ਜਿੰਨੇ ਅਹੁਦੇਦਾਰਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਆਏ ਹਾਂ ਸ਼ੇਖਰ ਭਾਅ ਜੀ ਦੁਕਾਨ 'ਤੇ, ਜਿਨ੍ਹਾਂ ਨੇ ਸਾਨੂੰ ਸੱਦਾ ਦਿੱਤਾ ਸੀ ਭਾਈ ਆਓ, ਇਹਨਾਂ ਦੀ ਅਸੀਂ ਇਹਨਾਂ ਹੁਕਮ ਕਬੂਲ ਕਰਦੇ ਸੀ ਪਹੁੰਚੇ ਹਾਂ। ਅਤੇ ਜਲੰਧਰ ਦੀ ਪੂਰੀ ਟੀਮ ਸਾਡੇ ਕੀਮਤੀ ਕੇਸਰ ਦੀ, ਸਾਡੇ ਵੀਰ ਰਵੀ ਜੀ, ਸਾਡੇ ਭਾਈ ਸਾਹਿਬ ਜੀ ਸਤਨਾਮ ਜੀ, ਸਾਡੇ ਅਮਿਤ ਜੀ ਅਤੇ ਸਾਡੇ ਪਵਨ ਜੀ, ਅਸੀਂ ਹੁਣ ਅਸੀਂ ਸ਼ੇਖਰ ਦੀ ਦੁਕਾਨ 'ਤੇ ਖੜ੍ਹੇ ਹਾਂ ਇਸ ਟਾਈਮ, ਕਿਉਂਕਿ ਸ਼ੇਖਰ ਨਾਲ ਸਾਡਾ ਸ਼ੁਰੂ ਤੋਂ ਹੀ ਪਿਆਰ ਹੈ ਔਰ ਮਿਲਾਉਣ ਵਾਲੇ ਵੀ ਮਿਲਣ ਦੇ। ਕੀਮਤੀ ਕੇਸਰ ਜੀ ਨੇ ਮੈਨੂੰ ਸ਼ੇਖਰ ਨਾਲ ਜਦੋਂ ਵੀ ਇਹਨਾਂ ਨੇ ਮਿਲਾਇਆ ਉਸ ਟਾਈਮ ਹੀ ਅਸੀਂ ਕੰਟੀਨਿਊਸ ਸ਼ੇਖਰ ਨਾਲ ਚੱਲ ਰਹੇ ਹਾਂ। ਅਤੇ ਮੈਨੂੰ ਲੱਗਦਾ ਉਸ ਟਾਈਮ ਕੀਮਤੀ ਕੇਸਰ ਸ਼ੇਖਰ ਜੀ ਨੂੰ ਮਿਲਾਉਣ ਵਾਲੇ, ਸ਼ੇਖਰ ਜੀ ਨੇ ਅੱਗੇ ਸਾਡੇ ਬੰਦੇ ਬਹੁਤ ਮਿਲਾਏ ਨੇ। ਧੰਨਵਾਦ ਸ਼ੇਖਰ ਜੀ ਦਾ ਜਿਨ੍ਹਾਂ ਨੇ ਯੂਨੀਅਨ ਦੀ ਇੰਨਾ ਹੀ ਸਾਡਾ ਸੋਚਿਆ। ਅਤੇ ਅਸੀਂ ਅੱਜ ਯੂਨੀਅਨ ਲਈ, ਤੁਹਾਨੂੰ ਪਤਾ ਹੀ ਹੈ 5 ਤਰੀਕ ਨੂੰ ਜੋ ਫੰਕਸ਼ਨ ਰੱਖਿਆ ਆਪਾਂ ਨੇ, ਮੋਗੇ ਤੋਂ ਹੁਣ ਜਾ ਕੇ ਆਇਆ ਮੈਂ, ਅਤੇ 5 ਤਰੀਕ ਨੂੰ ਹੋਮ ਮੰਗਾ ਕੇ ਪਹੁੰਚੋ। ਅਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਕੋਈ ਵੀ ਮੈਂਬਰ ਆਪਣਾ ਰਹਿਣਾ ਨਹੀਂ ਚਾਹੀਦਾ, 5 ਤਰੀਕ ਨੂੰ ਦਿਖਾ ਦਿਓ ਆਪਣੀ ਯੂਨੀਅਨ 'ਚ ਕਿੰਨਾ ਕੁ ਜ਼ੋਰ ਹੈ। ਧੰਨਵਾਦ ਸਾਰਿਆਂ ਦਾ, ਬੜੀ ਮਿਹਰਬਾਨੀ। ਉਹ ਇੱਥੇ ਹੀ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜੇ ਲੋਕ ਅਗਲੇ 2023 ਦੇ ਸੀਜ਼ਨ ਦੀ ਤਿਆਰੀ ਕਰ ਰਹੇ ਨੇ, ਜਨਵਰੀ ਫਰਵਰੀ ਮਾਰਚ ਦੀ, ਉਹ ਸੋਚ ਰਹੇ ਹੋਣਗੇ ਕਿ ਹੁਣ ਕੋਈ ਦਿੱਲੀ ਦਾ ਚੱਕਰ ਲਾਈਏ ਸਮਾਨ ਖੋਲ ਲੈਣ ਲਈ, ਅਤੇ 5 ਤਰੀਕ ਨੂੰ ਤੁਹਾਨੂੰ ਮੋਗੇ ਤੱਕ ਹੀ ਜਾਣ ਦੀ ਲੋੜ ਹੈ, ਦਿੱਲੀ ਜਾਣ ਦੀ ਹੁਣ ਲੋੜ ਨਹੀਂ, ਕਿਉਂਕਿ ਸਾਡੇ ਸ਼ੇਖਰ ਭਾਅ ਜੀ ਵੀ ਉੱਥੇ ਸਟਾਲ ਕਰ ਰਹੇ ਨੇ, ਜਿਹੜੇ ਪ੍ਰੋਡਕਟ ਇਹਨਾਂ ਦੇ ਹੈਗੇ ਨੇ ਉਹ ਡਿਸਪਲੇ ਕਰਨਗੇ, ਔਰ ਦਿੱਲੀ ਨਾਲੋਂ ਘੱਟ ਰੇਟਾਂ ਦੇ ਉੱਤੇ ਤੁਹਾਨੂੰ ਜਿਹੜਾ ਇਹ ਸਮਾਨ ਮੋਗੇ 'ਚ ਹੀ ਮਿਲ ਜਾਏਗਾ। ਸਾਊਂਡ, ਲਾਈਟਿੰਗ ਅਤੇ ਡਿਸਪਲੇ ਦੇ ਜਿਹੜੇ ਵੀ ਕੰਮ ਕਰਦੇ ਤੁਸੀਂ ਲੋਕ ਹੈਗੇ ਹੋ, ਹਰ ਚੀਜ਼ ਜਿਹੜਾ ਪ੍ਰੋਡਕਟ ਤੁਸੀਂ ਯੂਜ਼ ਕਰਦੇ ਹੋ, ਅਸੈਸਰੀ ਤੋਂ ਲੈ ਕੇ ਪੂਰੀ ਹਰ ਪ੍ਰੋਡਕਟ ਜਿਹੜਾ ਉਹ ਹਰ ਚੀਜ਼ ਤੁਹਾਨੂੰ ਜਿਹੜੀ ਹੈ ਮੋਗੇ ਸ਼ਹਿਰ ਦੇ ਵਿੱਚ ਡੀਜੇ ਐਕਸਪੋ ਦੇ ਵਿੱਚ ਮਿਲੇਗੀ। ਸਾਡੀ ਪੰਜਾਬ ਐਸੋਸੀਏਸ਼ਨ ਵੱਲੋਂ ਜਿਹੜਾ ਫੰਕਸ਼ਨ ਕਰਾਇਆ ਜਾ ਰਿਹਾ ਉਹਦਾ ਖੁੱਲ੍ਹਾ ਸੱਦਾ ਤੁਹਾਨੂੰ ਸਾਰੇ ਦੋਸਤਾਂ ਨੂੰ, ਜਿਹੜੇ ਜਿਹੜੇ ਲੋਕ ਤੁਸੀਂ ਇਹ ਵੀਡੀਓ ਦੇਖ ਰਹੇ ਹੋ, ਮਿਲੋ 5 ਤਰੀਕ ਨੂੰ ਮੋਗਾ।